ਸਤਿ ਸ਼੍ਰੀ ਅਕਾਲ ਦੋਸਤੋ, ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਪਿਛਲੀ ਵੀਡੀਓ 'ਚ ਆਪਾਂ ਤਾਲ ਕੈਰਵਾ ਮਾਤਰਾ 8 ਦੇ ਠੇਕਾ ਅਤੇ ਉਹਦੇ ਪ੍ਰਕਾਰ ਅਤੇ ਉਹਦੀ ਧਿਆਈ ਵਜਾਣੀ ਸਿੱਖੀ ਸੀ। ਅਤੇ ਆਸ ਕਰਦੇ ਜਿਨ੍ਹਾਂ ਨੇ ਵੀਡੀਓ ਦੇਖੀ ਅਤੇ ਉਹਨਾਂ ਨੂੰ ਸੌਖੇ ਤਰੀਕੇ ਨਾਲ ਸਾਰੀ ਵੀਡੀਓ ਅਤੇ ਉਹਦੇ ਬੋਲ ਸਾਰੇ ਸਮਝ ਆ ਗਏ ਹੋਣਗੇ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਵੀਡੀਓ ਵਿੱਚ ਤਾਂ ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਨੇ ਅਤੇ ਅਸੀਂ ਉਹ ਕਮੀ ਜ਼ਰੂਰ ਪੂਰੀ ਕਰਾਂਗੇ। ਅਤੇ ਅੱਜ ਆਪਾਂ ਵੀਡੀਓ 'ਚ ਦਾਦਰਾ ਤਾਲ ਮਾਤਰਾ 6 ਉਹਦਾ ਠੇਕਾ ਦੇਖਾਂਗੇ ਅਤੇ ਦਾਦਰੇ ਦੇ ਜਿਹੜੇ ਪ੍ਰਕਾਰ ਬਿਲਕੁਲ ਸੌਖੇ ਪ੍ਰਕਾਰ ਜਿਹੜੇ ਆਪਾਂ ਸ਼ੁਰੂ ਜਿਹਨੇ ਤਬਲਾ ਜਿਨ੍ਹਾਂ ਨੇ ਸ਼ੁਰੂ ਕੀਤਾ ਹੈ ਉਹਨਾਂ ਨੂੰ ਜਿਹੜੇ ਕਰਾਏ ਜਾਂਦੇ ਨੇ ਆਪਾਂ ਉਹ ਪ੍ਰਕਾਰ ਕਰਾਂਗੇ ਅਤੇ ਇੱਕ ਦੁੱਗਣ ਵੀ ਕਰਾਂਗੇ ਦਾਦਰੇ ਦੀ ਜਿਹੜੀ ਬਹੁਤ ਹੀ ਪਾਪੂਲਰ ਦੁੱਗਣ ਹੈ। ਅਤੇ ਚਲੋ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਦਾਦਰੇ ਦਾ ਠੇਕਾ ਦੇਖਦੇ ਹਾਂ, ਸਭ ਤੋਂ ਸਿੰਪਲ ਠੇਕਾ ਜਿਹੜਾ। ਇਹਦੇ ਬੋਲ ਨੇ ਧਾ ਤਿੰਨ ਤਿੰਨ ਤੱਕ ਧਿੰਨ ਧਿੰਨ ਵਨ ਥ੍ਰੀ ਫੋਰ ਫਾਈਵ ਸਿਕਸ 6 ਮਾਤਰਾ ਹੋ ਗਈਆਂ ਜੀ। ਧਾ ਧਾ ਤੁਹਾਨੂੰ ਪਤਾ ਹੀ ਹੈ, ਤਾ ਦੇ ਨਾਲ ਹੈ ਦੋ ਫਿੰਗਰਸ, ਧਾ ਬਣ ਜਾਏਗਾ। ਉਸ ਤੋਂ ਧਾ ਫਿਰ ਤਿੰਨ ਆ ਜਗ੍ਹਾ 'ਤੇ ਤਿੰਨ ਤਿੰਨ ਫਿਰ ਤੱਕ ਤਾ ਅਤੇ ਕ ਤੱਕ ਜਿਹੜਾ ਤੱਕ ਆ ਇਹ ਇੱਕ ਮਾਤਰਾ ਘੇਰਦਾ ਇਸ ਕਰਕੇ ਇਹਨੂੰ ਫਾਸਟ ਵਜਾਉਣਾ ਇਕੱਠਾ ਤੱਕ। ਫਿਰ ਧਿਨ ਅੰਦਰ ਆ ਤਿੰਨ ਦੀ ਜਗ੍ਹਾ 'ਤੇ ਹੈ ਅਤੇ ਨਾਲ ਦੋ ਫਿੰਗਰ ਇਹ ਧਿਨ ਬਣ ਜਾਏਗਾ। ਧਿਨ ਇੱਕ ਦਿਨ ਆ ਵਾਲੀ ਫਿੰਗਰ ਨਾਲ ਧਿਨ ਧਿਨ ਧਿਨ। ਦੁਬਾਰਾ ਵਜਾ ਕੇ ਦੇਖਦੇ ਹਾਂ ਆਪਾਂ ਇੱਕ ਵਾਰ ਧਾ ਤਿੰਨ ਤਿੰਨ ਤੱਕ ਧਿਨ ਧਿਨ ਧਾ ਤਿੰਨ ਤਿੰਨ ਤੱਕ। ਇਹ ਸ੍ਰੀ ਤਾਲ ਦਾਦਰੇ ਦਾ ਠੇਕਾ ਅਤੇ ਹੁਣ ਆਪਾਂ ਇਹਦੇ ਅੱਗੇ ਪ੍ਰਕਾਰ ਦੇਖਾਂਗੇ। ਜੇ ਕਿਸੇ ਨੂੰ ਬੋਲ ਨਹੀਂ ਵੀ ਸਮਝ ਲੱਗੇ ਤਾਂ ਤੁਸੀਂ ਨੀਚੇ ਡਿਸਕ੍ਰਿਪਸ਼ਨ 'ਚ ਦੇਖ ਸਕਦੇ ਹੋ, ਉਹ 'ਚ ਮੈਂ ਸਾਰੇ ਦਾਦਰੇ ਦਾ ਠੇਕਾ ਉਹਦੇ ਪ੍ਰਕਾਰ ਅਤੇ ਜਿਹੜੀ ਦੁੱਗਣ ਮੈਂ ਅੱਗੇ ਕਰਵਾਉਣੀ ਹੈ ਉਹ ਸਾਰਾ ਕੁਛ ਉਹਦੇ ਵਿੱਚ ਲਿਖਿਆ, ਤੁਸੀਂ ਨੀਚੇ ਦੇਖ ਸਕਦੇ ਹੋ ਡਿਸਕ੍ਰਿਪਸ਼ਨ 'ਚ। ਪਹਿਲਾ ਪ੍ਰਕਾਰ ਹੈ ਧਾ ਤਿੰਨ ਤਿੰਨ ਤਾ ਤਾ ਧਿੰਨ ਧਿੰਨ। ਇੱਕ ਵਾਰ ਦੁਬਾਰਾ ਧਾ ਤਿੰਨ ਤਿੰਨ ਤਾ ਤਾ ਧਿੰਨ ਧਿੰਨ। ਇਹ ਸੀ ਪਹਿਲਾ ਪ੍ਰਕਾਰ। ਹੁਣ ਅੱਗੇ ਦੂਜਾ ਪ੍ਰਕਾਰ ਧਾ ਧਾ ਤਿੰਨ ਤਿੰਨ ਤੱਕ ਧਿੰਨ ਧਿੰਨ ਧਾ ਧਾ ਤਿੰਨ ਤਿੰਨ ਤੱਕ ਧਿੰਨ ਧਿੰਨ। ਹੁਣ ਅੱਗੇ ਤੀਜਾ ਪ੍ਰਕਾਰ ਧਾ ਧਾ ਤਿੰਨ ਤਿੰਨ ਤਾ ਤਾ ਧਿੰਨ ਧਿੰਨ ਧਾ ਧਾ ਤਿੰਨ ਤਿੰਨ ਤਾ ਤਾ ਧਿੰਨ ਧਿੰਨ। ਇਹ ਸੀ ਤੀਜਾ ਪ੍ਰਕਾਰ। ਹੁਣ ਉਸ ਤੋਂ ਬਾਅਦ ਚੌਥਾ ਪ੍ਰਕਾਰ ਧਾ ਤਿੰਨ ਤਿੰਨ ਇੱਕ ਵਾਰੀ ਪ੍ਰਕਾਰ ਦੁਬਾਰਾ ਦੇਖੋ ਧਾ ਤਿੰਨ ਤਿੰਨ ਤਾ ਤਾ ਧਾ ਧਾ। ਜਿਹੜਾ ਤਾ ਤਾ ਇਹਦੇ 'ਚ ਉੱਦਾਂ ਆਪਾਂ ਇੱਦਾਂ ਵਜਾਉਂਦੇ ਹਾਂ, ਇਹਦੇ ਨਾਲ ਆ ਹੱਥ ਵੀ ਮਾਰਨਾ ਤਾ ਤਾ, ਇਹਦੇ ਨਾਲ ਭਰ ਕੇ ਆਉਂਦਾ ਥੋੜ੍ਹਾ ਜਿਹਾ ਤਾ ਤਾ। ਇਸ ਤੋਂ ਬਾਅਦ ਸਪੇਸ ਆ ਹਲਕੀ ਜੀ, ਉਸ ਤੋਂ ਬਾਅਦ ਧਾ 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 ਤਿੰਨ ਤਿੰਨ ਤਾ ਤਾ ਧਾ 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 ਤਿੰਨ ਤਿੰਨ ਧਾ ਧਾ ਸਪੇਸ ਧਾ ਧਾ। ਠੀਕ ਹੈ ਜੀ, ਇਹ ਚਾਰ ਪ੍ਰਕਾਰ ਨੇ ਸਭ ਤੋਂ ਸੌਖੇ। ਇਸ ਤੋਂ ਬਾਅਦ ਇੱਕ ਦੁੱਗਣ ਹੈਗੀ ਹੈ ਦਾਦਰੇ ਦੀ, ਉਹਦੇ ਬੋਲ ਨੇ ਧਾ ਤੇ ਟ ਤਾ ਗ ਢੇ ਟ। ਇਹ ਥੋੜ੍ਹੀ ਜਿਹੀ ਡਿਫੀਕਲਟ ਹੈ,
ਇਹ ਜਿਵੇਂ ਆਪਾਂ ਤਿੱਟ ਜਿਹੜੀ ਸਿੱਧੀ ਤਿੱਟ ਵੀ ਆਣੀ ਇੱਦਾਂ ਇਹ 'ਚ ਦੋਨੋਂ ਉਂਗਲ ਵੀ ਤੁਸੀਂ ਲਾ ਸਕਦੇ ਹੋ ਦਾ ਤੇ ਤਾ ਗ ਤਾ ਗ ਇਹਦੇ ਨਾਲ ਪਹਿਲੀ ਉਂਗਲ ਨਾਲ ਤਾ ਗ ਫਿਰ ਧੇ ਧੇ ਇਹਦੇ ਨਾਲ ਆਹ ਦੋ ਉਂਗਲਾਂ ਤੇ ਇਹ ਪਿਛਲਾ ਧੇ ਟ ਧਾ ਤੇ ਟ ਤਾ ਗ ਧੇ ਟ ਧਾ ਤੇ ਟ ਤਾ ਗ ਧੇ ਟ ਧਾ ਤੇ ਟ ਤਾ ਗ ਧੇ ਟ ਇਹ ਦੋ ਫਿੰਗਰ ਲਾਈਆਂ ਤੁਸੀਂ ਸਿੰਗਲ ਫਿੰਗਰ ਵੀ ਯੂਜ਼ ਕਰ ਸਕਦੇ ਹੋ ਧਾ ਤੇ ਟ ਤਾ ਗ ਧੇ ਟ ਧਾ ਤੇ ਟ ਤਾ ਗ ਧੇ ਟ ਧਾ ਤੇ ਟ ਤਾ ਗ ਧੇ ਟ ਇੱਕ ਵਾਰੀ ਸ਼ੁਰੂ ਤੋਂ ਮੈਂ ਤੁਹਾਨੂੰ ਸਾਰਾ ਮੈਟਰ ਵਜਾ ਕੇ ਦਿਖਾਉਣਾ ਦਾਦਰੇ ਦਾ ਠੇਕਾ ਉਹਦੇ ਚਾਰ ਪ੍ਰਕਾਰ ਤੇ ਆਹ ਦੁੱਗਣ ਜਿਹੜੀ ਆਪਾਂ ਹੁਣ ਵਜਾਈ ਸੀਗੀ।